ਸਤਿ ਸ਼੍ਰੀ ਅਕਾਲ ਦੋਸਤੋ ਇੱਕ ਵਾਰੀ ਤੁਹਾਡਾ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਟੂਡੇ ਪੰਜਾਬ ਨਿਊਜ਼ ਚੈਨਲ ਤੇ ਮੈਂ ਹਾਂ ਤਰਸੇਮ ਸਿੰਘ ਮਠਾੜੂ ਲੈ ਕੇ ਹਾਜ਼ਰ ਹੋਏ ਹਾਂ ਜੀ ਅੱਜ ਦੇ ਦਿਨ ਦੀਆਂ ਸਵੇਰ ਦੀਆਂ ਤਾਜ਼ਾ ਤਰੀਨ ਵੱਡੀਆਂ ਖਬਰਾਂ ਦੋਸਤੋ ਨਾ ਖਬਰਾਂ ਨੂੰ ਸ਼ੁਰੂ ਕਰਨ ਤੋਂ ਪਹਿਲੇ ਇੱਕ ਵਾਰੀ ਨਜ਼ਰ ਮਾਰਦੇ ਹਾਂ ਚੋਣਵੀਆਂ ਖਬਰਾਂ ਤੇ ਪਹਿਲੀ ਚੋਣਵੀਂ ਖਬਰ ਹੈ ਕਿ ਗੈਰ ਕਾਨੂੰਨੀ ਮਾਈਨਿੰਗ ਨੂੰ ਲੈ ਕੇ ਪੰਜਾਬ ਸਰਕਾਰ ਸਖਤ ਸਰਕਾਰ ਨੇ ਹਾਈ ਕੋਰਟ ਨੂੰ ਦਿੱਤੀ ਇਹ ਜਾਣਕਾਰੀ ਪੀ ਐਸ ای ਵੀ ਪ੍ਰੈਕਟੀਕਲ ਪ੍ਰੀਖਿਆ ਦੀ ਡੇਟਸ਼ੀਟ ਚ ਕੀਤਾ ਗਿਆ ਬਦਲਾ ਜੇਕਰ ਬਾਗ ਨੇੜੇ ਆਪਕਰ ਦੀਆਂ ਬਦਲੀਆਂ ਦੀ ਪ੍ਰਕਿਰਿਆ ਕੀਤੀ ਦਾਦ ਹੁਣ ਨਵੇਂ ਸਿਰੇ ਤੋਂ ਕਰਨਾ ਹੋਵੇਗਾ ਅਪਲਾਈ ਅਮਰਿੰਦਰ ਦੇ ਸਿਸਟਮ ਦੀ ਜਾਂਚ 55 ਲੱਖ ਰੁਪਏ ਤੋਂ ਵਾਅਦਾ ਖੁਲਾਸਾ ਕਰੇਗੀ ਵੀਰ ਦਵਿੰਦਰ ਨੇ ਭਗਵੰਤ ਮਾਨ ਨੂੰ ਕੀਤੀ ਅਪੀਲ ਸਰਕਾਰ ਦਾ ਐਲਾਨ ਪੈਂਕਾਰ ਹੈ ਤਾਂ ਇਹਨਾਂ ਲੋਕਾਂ ਨੂੰ ਦੇਣਾ ਪਵੇਗਾ 1000 ਰੁਪਏ ਜੁਰਮਾਨਾ ਫਟਾਫਟ ਜਾਣੋ ਵਜਾ ਸਵੇਰੇ ਬਦਲਖ ਲਾਫਕੋਰ ਤੋਂ ਪੂਰਾ ਗੋਲੀਕਾ ਚ ਮੁਕਦਮਾ ਚਲਾਉਣ ਦੀ ਮਨਜ਼ੂਰੀ ਸ਼ਾਮ ਨੂੰ ਕਹਿ ਗਏ ਫਾਨੀ ਸੰਸਾਰ ਨੂੰ ਅਲਵਿਦਾ ਪੰਜਾਬ ਦਾ ਸਭ ਤੋਂ ਪੀਪਲਸ ਕਰਨ ਦੇ ਪ੍ਰੋਜੈਕਟ ਤਹਿਤ ਵਿਧਾਇਕਾਂ ਨੂੰ ਮਿਲਣਗੇ ਐਪਲ ਆਈਪੈਡ ਪ੍ਰਕਾਸ਼ ਸਿੰਘ ਬਦਲ ਦੀ ਦੇ ਦੇ ਦਰਸ਼ਨਾਂ ਲਈ ਗਏ ਐਸਜੀਪੀਸੀ ਪ੍ਰਧਾਨ ਦੀ ਜੇਬ ਕੱਟੀ ਮੌਕੇ ਤੇ ਮਲਜਰ ਕੀਤਾ ਕਾਬੂ ਗੁਰਦੁਆਰਾ ਚੋ ਕੁਰਸੀਆਂ ਤੋੜਨ ਵਾਲਾ ਅੰਮ੍ਰਿਤਪਾਲ ਗ੍ਰਿਫਤਾਰੀ ਤੋਂ ਪਹਿਲਾਂ ਖੋਦ ਤਖਤ ਪੋਸਟ ਤੇ ਬੈਠ ਕੇ ਦੇ ਰਿਹਾ ਸੀ ਪ੍ਰਵਚਨ ਐਮਪੀ ਬਿੱਟੂ ਆਪਣੇ ਪਿੱਛੇ ਕਿੰਨੀ ਦੌਲਤ ਛੱਡ ਗਏ ਪ੍ਰਕਾਸ਼ ਸਿੰਘ ਬਾਦਲ ਨਿਵੇਸ਼ ਵਿੱਚ ਸੁਖਬੀਰ ਬਾਦਲ ਤੋਂ ਵੀ ਅੱਗੇ ਸਨ ਨਵਜੋਤ ਸਿੱਧੂ ਨੇ ਹਾਈ ਕੋਰਟ 'ਚ ਕੀਤੀ ਪਟੀਸ਼ਨ ਦਾਇਰ ਤਾਂ ਦੋਸਤੋ ਏਸੀ ਨੇ ਆਪਣੀਆਂ ਇਸ ਵੇਲੇ ਦੀਆਂ ਚੋਣੀਆਂ ਖਬਰਾਂ ਹੁਣ ਗੱਲਬਾਤ ਕਰਨ ਦੀਆਂ ਖਬਰਾਂ ਦੀ ਵਿਸਥਾਰ ਨਾਲ ਪਹਿਲੀ ਖਬਰ ਹੈ ਕਿ ਗੈਰ ਕਾਨੂੰਨੀ ਮੈਨੂ ਲੈ ਕੇ ਪੰਜਾਬ ਸਰਕਾਰ ਸਕਦੇ ਸਰਕਾਰ ਨੇ ਹਾਈ ਕੋਰਟ ਨੂੰ ਦਿੱਤੀ ਇਹ ਜਾਣਕਾਰੀ ਪਿਛਲੇ 1 ਸਾਲ ਚ ਗੈਰ ਕਾਨੂੰਨੀ ਮਾਈਨਿੰਗ ਨੂੰ ਲੈ ਕੇ 570 ਐਫ ਆਈ ਆਰ ਦਰਜ ਕੀਤੀਆਂ ਗਈਆਂ ਨੇ ਐਫ ਆਈ ਆਰ ਪਿਛਲੇ ਸਾਲ 15 April ਤੋਂ ਇਸ ਸਾਲ 11 March ਤੱਕ ਦਰਜ ਕੀਤੀਆਂ ਗਈਆਂ ਨੇ ਐਫ ਆਈ ਆਰ ਦੀ ਇਸ ਜਾਣਕਾਰੀ ਨੂੰ ਰਿਕਾਰਡ ਤੇ ਲੈਣ ਤੋਂ ਬਾਅਦ ਹਾਈ ਕੋਰਟ ਨੇ ਪੰਜਾਬ ਚ ਗੈਰ ਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਸਰਕਾਰ ਵੱਲੋਂ ਚੁੱਕੇ ਜਾ ਰਹੇ ਕਦਮਾਂ ਬਾਰੇ ਵੀ ਹੋਰ ਜਾਣਕਾਰੀ ਮੰਗੀ ਹੈ ਇਹਦੇ ਨਾਲ ਹੀ ਪੰਜਾਬ ਸਰਕਾਰ ਨੂੰ ਹੁਕਮ ਦਿੱਤੇ ਹਨ ਕਿ ਗੈਰ ਕਾਨੂੰਨੀ ਮਾਈਨਿੰਗ ਕਾਰਨ ਵਾਤਾਵਰਣ ਨੂੰ ਹੋਏ ਨੁਕਸਾਨ ਦੀ ਪਰਪਾਈ ਲਈ ਸਰਕਾਰ ਕੀ ਕਰੇ ਇਹ ਵੀ ਅਗਲੀ ਸੁਣਵਾਈ ਤੇ ਹਾਈ ਕੋਰਟ ਨੂੰ ਦੱਸਿਆ ਜਾਵੇ ਹਾਈ ਕੋਰਟ ਨੇ ਕਿਹਾ ਕਿ ਅੰਤਰਰਾਸ਼ਟਰੀ ਸਰਹੱਦ ਦੇ 5 ਕਿਲੋਮੀਟਰ ਦੇ ਅੰਦਰ ਮਾਈਨਿੰਗ ਕੀਤੀ ਜਾ ਸਕਦੀ ਹੈ ਜਾਂ ਨਹੀਂ ਕਿ ਕੇਂਦਰ ਸਰਕਾਰ ਨੂੰ ਇਸ ਬਾਰੇ ਕੋਈ ਠੋਸ ਨੀਤੀ ਬਣਾਉਣੀ ਚਾਹੀਦੀ ਹੈ ਹਾਈ ਕੋਰਟ ਨੇ ਇਸ ਬਾਰੇ ਕੇਂਦਰ ਤੋਂ ਜਵਾਬ ਮੰਗਿਆ ਹੈ ਦੂਜੇ ਪਾਸੇ ਸਰਕਾਰ ਦਾ ਕਹਿਣਾ ਹੈ ਕਿ ਸਰਹਾਦੀ ਖੇਤਰ ਵਿੱਚ ਮਾਈਨਿੰਗ ਲਈ ਫੌਜ ਤੋਂ ਮੰਗੀ ਗਈ ਐਨਓਸੀ ਅੱਜੇ ਵੀ ਫੌਜ ਕੋਲ ਪੈਂਡਿੰਗ ਹੈ ਦੂਜੇ ਪਾਸੇ ਪੰਜਾਬ 'ਚ ਹੈਵੀ ਮਸ਼ੀਨਾਂ ਨਾਲ ਮਾਈਨਿੰਗ ਹੋਣ ਦੇ ਦੋਸ਼ਾਂ ਤੇ ਪੰਜਾਬ ਸਰਕਾਰ ਨੇ ਹਾਈ ਕੋਰਟ ਨੂੰ ਦੱਸਿਆ ਕਿ ਫਿਲਹਾਲ ਹੈਵੀ ਮਸ਼ੀਨਾਂ ਨਾਲ ਮਾਈਨਿੰਗ ਨਹੀਂ ਕੀਤੀ ਜਾ ਰਹੀ ਹੈ पीएससी ਬੀ ਪ੍ਰੈਕਟੀਕਲ ਪ੍ਰੀਖਿਆ ਇਹ ਡੇਟਸ਼ੀਟ ਚ ਕੀਤਾ ਗਿਆ ਬਦਲਾ ਜੀਹਾਂ ਦੋਸਤੋ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਅਚਾਰਕ ਦੇ ਹਾਂ ਦੇ ਮੱਧ ਨਜ਼ਰ ਪੰਜਾਬ ਸਕੂਲ ਸਿੱਖਿਆ ਬੋਰਡ ਨੇ 27 ਅਪ੍ਰੈਲ ਨੂੰ ਸੂਬਾ ਸਰਕਾਰ ਵੱਲੋਂ ਛੁੱਟੀ ਦਾ ਐਲਾਨ ਕੀਤਾ ਹੈ ਇਸ ਦਿਨ ਹੋਣ ਵਾਲੀ ਪ੍ਰੈਕਟੀਕਲ ਪ੍ਰੀਖਿਆ ਦੀ ਮਿਤੀ ਬਦਲ ਦਿੱਤੀ ਗਈ ਹੈ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਸੂਚਨਾ ਅਨੁਸਾਰ ਸੂਬੇ 'ਚ ਛੁੱਟੀ ਦੇ ਐਲਾਨ ਕਣ ਪ੍ਰੈਕਟੀਕਲ ਦੀ ਪ੍ਰੀਖਿਆ ਜੋ 27 ਅਪ੍ਰੈਲ ਦਨ ਵੀਰਵਾਰ ਨੂੰ ਹੋਣੀ ਸੀ ਹੁਣ ਨਿਰਧਾਰਤ ਸਮੇਂ ਤੇ ਮੰਗਲਵਾਰ 2 ਮਈ ਨੂੰ ਪ੍ਰੀਖਿਆ ਕੇਂਦਰ ਵਿੱਚ ਲਈ ਜਾਵੇਗੀ ਸਿੱਖਿਆ ਬੋਰਡ ਦੇ ਅਧਿਕਾਰੀਆਂ ਨੇ ਸਬੰਧਤ ਸਕੂਲਾਂ ਦੇ ਸਟਾਫ ਨੂੰ ਵੀ ਹਦਾਇਤ ਕੀਤੀ ਹੈ ਕਿ ਉਹ ਇਸ ਤਬਦੀਲੀ ਬਾਰੇ ਸਬੰਧਤ ਵਿਦਿਆਰਥੀਆਂ ਨੂੰ ਸੂਚਿਤ ਕਰਨ ਤਾਂ ਜੋ ਕੋਈ ਵੀ ਵਿਦਿਆਰਥੀ ਪ੍ਰੀਖਿਆ ਦੇਣ ਤੋਂ ਵਾਂਝਾ ਨਾ ਰਹਿ ਜਾਵੇ ਜਿਸ ਕੇ ਭਾਗ ਨੇ ਅਧਿਆਪਕਾਂ ਦੀਆਂ ਬਦਲੀਆਂ ਦੀ ਪ੍ਰਕਿਰਿਆ ਕੀਤੀ ਰੱਦ ਹੁਣ ਨਵੇਂ ਸਿਰੇ ਤੋਂ ਕਰਨਾ ਹੋਵੇਗਾ ਅਪਲਾਈ ਸਿੱਖਿਆ ਭਾਗ ਵੱਲੋਂ ਇਸ ਵਿੱਦਿਕ ਸਾਲ 2023-24 ਦੇ ਅਧਿਆਪਕਾਂ ਦੀਆਂ ਬਦਲੀਆਂ ਦਾ ਜਿਹੜਾ ਕੰਮ ਸ਼ੁਰੂ ਕੀਤਾ ਗਿਆ ਸੀ ਹੁਣ ਉਸ ਨੂੰ ਰੱਦ ਕਰਦੇ ਹੋਏ ਬਦਲੀਆਂ ਦਾ ਕੰਮ ਨਵੇਂ ਸਿਰੇ ਤੋਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਸਬੰਧਿਤ ਸਿੱਖਿਆ ਭਾਗ ਪੰਜਾਬ ਵੱਲੋਂ ਪੰਜਾਬ ਦੇ ਸਮੂਹ જિલ્લા ਸਿੱਖਿਆ ਅਫਸਰ ਅਤੇ ਸਕੂਲ ਮੁਖੀਆਂ ਡੀ.ਐਰ.ਓਜ਼ ਨੂੰ ਆਖਰੀ ਮੌਕਾ ਦਿੰਦੇ ਹੋਏ ਲਿਖਿਆ ਕਿ ਉਹ ਆਪਣੇ ਅਧੀਨ ਆਉਂਦੇ ਸਮੂਹ ਅਧਿਆਪਕਾਂ ਕਰਮਚਾਰੀਆਂ ਦਾ ਡਾਟਾ ਈ ਪੰਜਾਬ ਪੋਰਟਲ ਤੇ 30 ਅਪ੍ਰੈਲ 2023 ਤੱਕ ਅਪਡੇਟ ਕਰਨਾ ਯਕੀਨੀ ਬਣਾਉਣ ਤਾਂ ਜੋ ਵਿਭਾਗ ਵੱਲੋਂ ਬਦਲੀਆਂ ਕਰਨ ਸਮੇਂ ਅਸਲ ਸਹੀ ਖਾਲੇ ਸਾਮੀਆਂ ਦਰਸਾਈਆਂ ਜਾ ਸਕਣਾਂ ਅਮਰਿੰਦਰ ਦੇ ਸਿਸਟਮ ਦੀ ਜਾਂਚ 55 ਲੱਖ ਰੁਪਏ ਤੋਂ ਵੱਧ ਦਾ ਖੁਲਾਸਾ ਕਰੇਗੀ ਬੀਰਵਿੰਦਰ ਨੇ ਭਗਵਾਨਤਮਨ ਨੂੰ ਕੀਤੀ ਅਪੀਲ ਗੈਂਗਸਟਰ ਸਿਆਸਤਦਾਨ ਮੁਖ्तार ਅंसारी ਨਾਲ ਸਬੰਧਾਂ ਨੂੰ ਲੈ ਕੇ ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਿੱਧਾ ਹਮਲਾ ਬੋਲਦਿਆਂ ਪੰਜਾਬ ਵਿਧਾਨ ਸਭਾ ਦੇ ਸਾਬਕਾ ਡੈਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਅਮਰਿੰਦਰ ਸਿੰਘ ਗੈਂਗਸਟਰ ਨੂੰ ਐਸਾ ਲਈ ਦੇਖਦਾ ਸੀ ਕਿਉਂਕਿ ਉਸ ਦੇ ਪੁੱਤਰ ਆਬਾਸ ਅंसारी ਨੇ ਰਣਿੰਦਰ ਸਿੰਘ ਨੈਸ਼ਨਲ ਰਾਈਫਲ ਐਸੋਸੀਏਸ਼ਨ ਆਫ ਇੰਡੀਆ ਦੀਆਂ ਵੱਖ-ਵੱਖ ਚੋਣਾਂ ਜਿੱਤਣ 'ਚ ਮਦਦ ਕੀਤੀ ਸੀ ਬੀਰ ਦਵਿੰਦਰ ਦੇ ਅਮਰਿੰਦਰ ਸਿੰਘ ਦੇ ਜਵਾਬ ਵਿੱਚ ਕਿਹਾ ਕਿ ਇਹ ਅਜੇਹੀ ਅਜੀਬ ਗੱਲ ਹੈ ਕਿ ਮੁਖਤਾਰ ਅਨਸਾਰੀ ਦੇ ਪੰਜਾਬ ਦੇ ਜ਼ਿਲਾਂ ਵਿੱਚ ਤੰਗੀ ਭਰੀ ਜ਼ਿੰਦਗੀ ਬਤੀਤ ਕਰਨ ਦਾ ਇੱਕੋ ਇੱਕ ਕਾਰਨ ਇਹ ਸੀ ਕਿ ਅਮਰਿੰਦਰ ਸਿੰਘ ਦਾ ਪੁੱਤਰ ਰਣਿੰਦਰ ਸਿੰਘ ਭਾਰਤ ਵਿੱਚ ਖੇਡਾਂ ਦੇ ਉੱਚ ਪ੍ਰਬੰਧਨ ਵਿੱਚ ਆਉਂਦਾਰ ਬਣੇ ਰਹਿਣ ਵਿੱਚ ਦਿਲਚਸਪੀ ਰੱਖਦਾ ਸੀ ਬੀਬੀਵਿੰਦਰ ਸਿੰਘ ਦਾ ਦਾਵਾ ਹੈ ਕਿ ਮੁਖਤਾਰ ਅਨਸਾਰੀ ਨੂੰ ਇਸ ਸੂਬੇ ਵਿੱਚ ਕੀਤੇ ਅਪਰਾਧਾ ਕਰਨ ਪੰਜਾਬ ਵੱਲ ਲਿਆਂਦਾ ਗਿਆ ਸੀ ਕੈਪਟਨ ਸਿੰਘ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿੱਚ ਹਾਲ ਹੀ ਵਿੱਚ ਮੁਖ्तार ਅंसारी ਦੇ ਪੰਜਾਬ ਦੇ ਜ਼ਿਲ੍ਹਿਆਂ ਵਿੱਚ ਰਹਿਣ ਨੂੰ ਲੈ ਕੇ ਇੱਕ ਦੂਜੇ ਤੇ ਸ਼ਬਦੀ ਹਮਲੇ ਕੀਤੇ ਗਏ ਹਨ ਜਦੋਂ ਮਾਨ ਨੇ ਅਮਰਿੰਦਰ ਸਿੰਘ ਸਰਕਾਰ ਦੁਆਰਾ ਲੱਗੇ ਵਕੀਲਾਂ ਨੂੰ 55 ਲੱਖ ਰੁਪਏ ਦੇ ਦੇਗੀ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਬੀਬੀ ਅਮਰਿੰਦਰ ਸਿੰਘ ਨੇ ਕਿਹਾ ਕਿ ਮੈਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੈਪਟਨ ਅਮਰਿੰਦਰ ਸਿੰਘ ਅਤੇ ਉਹਨਾਂ ਦੇ ਪੁੱਤਰ ਰਣਿੰਦਰ ਸਿੰਘ ਗੈਂਗਸਟਰ ਤੋਂ ਸਿਆਸਤਦਾਨ ਬਣੇ ਮੁਖ्तार ਅंसारी ਅਤੇ ਉਨ੍ਹਾਂ ਦੇ ਪਤਰ ਆਬਾਸ ਵਿਚਕਾਰ ਗੱਠਜੋੜ ਦਾ ਪਰਦਾ ਫਾਸ਼ ਕਰਨ ਲਈ ਤਰਜੀਹੀ ਤੌਰ ਤੇ ਹਾਈ ਕੋਰਟ ਦੀ ਨਿਗਰਾਨੀ ਹੇਠ ਜਾਂਚ ਦੇ ਆਦੇਸ਼ ਦੇਣ ਲਈ ਤੁਰੰਤ ਆਦੇਸ਼ ਦੇਣ ਦੀ ਅਪੀਲ ਕਰਾਂਗਾ ਇਹ ਨੈਸ਼ਨਲ ਰਾਈਫਲ ਐਸੋਸੀਏਸ਼ਨ ਆਫ ਇੰਡੀਆ ਦੇ ਨਿਯੰਤਰਣ ਅਨੁਸਾਰੀ ਦੇ ਪੰਜਾਬ ਦੇ ਜ਼ਿਲ੍ਹਿਆਂ ਵਿੱਚ ਰਹਿਣ ਦੇ ਵਿਚਕਾਰ ਅਜੀਬ ਤਾਲਮੇਲ ਦਾ ਪਰਦਾਫਾਸ਼ ਕਰੇਗਾ ਸਰਕਾਰ ਦਾ ਐਲਾਨ ਪੈਂਕਾਰ ਹੈ ਤਾਂ ਇਹਨਾਂ ਲੋਕਾਂ ਨੂੰ ਦੇਣਾ ਪਵੇਗਾ 1000 ਰੁਪਏ ਜੁਰਮਾਨਾ ਫਟਾਫਟ ਜਾਣੋ ਵਜਾ ਅ ਲੋਕਾਂ ਕੋਲ ਬਹੁਤ ਸਾਰੇ ਦਸਤਾਵੇਜ਼ ਹਨ ਇਹਨਾਂ ਦਸਤਾਵੇਜ਼ਾਂ ਵਿੱਚ ਪੈਨ ਕਾਰਡ ਤੇ ਆਧਾਰ ਕਾਰਡ ਲੋ ਵੀ ਬਹੁਤਾ ਪੁਰਨਾ ਦਸਤਾਵੇਜ਼ਾਂ ਵਿੱਚ ਗਿਣਿਆ ਜਾਂਦਾ ਹੈ ਪਾਲ ਸਰਕਾਰ ਵਿੱਤ ਮੰਤਰਾਲੇ ਤੇ ਮਾਲ ਵਿਭਾਗ ਦੇ ਨਵੇਂ ਨੋਟੀਫਿਕੇਸ਼ਨਾਂ ਦੇ ਅਨੁਸਾਰ ਪੈਨ ਨੂੰ ਆਧਾਰ ਨਾਲ ਲਿੰਕ ਕਰਨ ਦੀ ਆਖਰੀ ਮਿਤੀ 31 ਜੂਨ 2023 ਤੱਕ ਵਧਾ ਦਿੱਤੀ ਗਈ ਹੈ ਲੋਕਾਂ ਨੇ ਪੈਨ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨਾ ਬਹੁਤ ਜ਼ਰੂਰੀ ਹੈ ਜੇਹੀ ਸਥਿਤੀ ਵਿੱਚ ਹੁਣ ਪੈਨ ਅਤੇ ਆਧਾਰ ਨੂੰ ਇੱਕ ਦੂਜੇ ਨਾਲ ਲਿੰਕ ਕਰਨ ਦੀ ਆਖਰੀ ਮਿਤੀ 31 ਜੂਨ 2023 ਹੈ ਹਾਲਾਂਕਿ ਪੈਨ ਨੂੰ ਆਧਾਰ ਨਾਲ ਲਿੰਕ ਕਰਦੇ ਸਮੇਂ ਲੋਕਾਂ ਨੇ ਘਰ ਜ਼ਰੂਰੀ ਗੱਲਾਂ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਆਧਾਰ ਅਤੇ ਪੈਨ ਕਾਰਡ ਨੂੰ ਲਿੰਕ ਕਰਨ ਦੀ ਆਖਰੀ ਮਿਤੀ ਹੁਣ 30 ਜੂਨ 2023 ਹੈ ਜੇਕਰ ਤੁਸੀਂ ਅਜੇ ਤੱਕ ਆਪਣਾ ਆਧਾਰ ਕਾਰਡ ਨਾਲ ਜਿਹੜਾ ਪੈਨ ਕਾਰਡ ਲਿੰਕ ਨਹੀਂ ਕੀਤਾ ਤਾਂ ਤੁਸੀਂ ਵੀ ਪੈਨ ਅਤੇ ਆਧਾਰ ਨੂੰ ਲਿੰਕ ਕਰ ਸਕਦੇ ਹੋ ਪਰ ਇਸ ਲਈ ਤੁਹਾਨੂੰ 1000 ਰੁਪਏ ਜੁਰਮਾਨਾ ਭਰਨਾ ਹੋਵੇਗਾ ਜਿੰਨਾ ਲੋਕਾਂ ਕੋਲ ਪੈਨ ਕਾਰਡ ਹੈ ਪਰ ਅਜੇ ਉਹਨਾਂ ਨੇ ਅਜੇ ਤੱਕ ਇਸ ਨੂੰ ਆਧਾਰ ਕਾਰਡ ਨਾਲ ਲਿੰਕ ਨਹੀਂ ਕੀਤਾ ਤਾਂ ਅਜੇ ਇਹ ਲੋਕ 1000 ਰੁਪਏ ਦੇ ਕੇ ਪੈਨ ਨੂੰ ਆਧਾਰ ਨਾਲ ਲਿੰਕ ਕਰ ਸਕਦੇ ਨੇ ਜਾਨੀ ਕਿ ਹੁਣ ਪੈਨ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਤੇ 1000 ਰੁਪਏ ਜੁਰਮਾਨਾ ਜਿਹੜਾ ਲੱਗ ਕਿਗਾ ਆ ਸਵੇਰੇ ਬਾਦਲ ਖਿਲਾਫ ਕੋਰਕਪੂਰਾ ਗੋਲੀਕਾਰਡ ਚ ਮੁਕਦਮਾ ਚਲਾਉਣ ਦੀ ਮਨਜ਼ੂਰੀ ਸ਼ਾਮ ਨੂੰ ਕਹਿ ਗਏ ਫਾਨੀ ਸੰਸਾਰ ਨੂੰ ਆਲਵੈਦਾ ਸਿਆਸਤ ਦੇ ਬਾਬਾ ਬੋਰ ਪ੍ਰਕਾਸ਼ ਸਿੰਘ ਬਾਦਲ ਦੀ ਮੌਤ ਉੱਪਰ ਦੇਸ਼ ਭਰ ਦੇ ਵੱਡੇ ਸਿਆਸੀ ਲੀਡਰਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਪੰਜਾਬ ਹੀ ਨਹੀਂ ਸਗੋਂ ਦੇਸ਼ ਦੀ ਸਿਆਸਤ ਉੱਪਰ ਉਹਨਾਂ ਦੀ ਡੂੰਗੀ ਸ਼ਾਪ ਹੈ ਦੂਜੇ ਪਾਸੇ ਇਹ ਵੀ ਹੈਰਾਨੀ ਵਾਲੀ ਗੱਲ ਹੈ ਕਿ ਜਿਸ ਦਿਨ ਪ੍ਰਕਾਸ਼ ਸਿੰਘ ਬਾਦਲ ਨੇ ਇਸ ਫਾਨੀ ਸੰਸਾਰ ਨੂੰ ਆਲਵੈਦਾ ਕਿਹਾ ਉਸ ਦਿਨ ਉਹਨਾਂ ਖਿਲਾਫ ਕੋਰਕਪੂਰਾ ਗੋਲੀਕਾਰਡ ਵਿੱਚ ਮੁਕਦਮਾ ਚਲਾਉਣ ਦੀ ਮਨਜ਼ੂਰੀ ਦਿੱਤੀ ਗਈ ਸੀ ਅਰ ਦੱਸ ਦਈਏ ਕਿ ਪੰਜਾਬ ਦੇ ਗ੍ਰਹਿ ਭਾਗ ਨੇ ਮੰਗਲਵਾਰ ਨੂੰ ਕੋਟਕਪੂਰਾ ਗੋਲੀਕਾਂ ਵਿੱਚ ਵੱਡੀ ਕਾਰਵਾਈ ਕਰਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਾਬਕਾ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਸਾਬਕਾ ਡੀਜੀਪੀ ਸੁਮੇਸ਼ ਸਿੰਘ ਸੈਣੀ ਆਈਜੀ ਪਰਮਰਾਣ ਸਿੰਘ ਉਮਰਾਂ ਨੰਗਲ ਆ ਡੀਆਈਜੀ ਅਮਰ ਸਿੰਘ ਚਹਲ ਸਾਬਕਾ ਐਸਐਸਪੀ ਸੁਖਵਿੰਦਰ ਸਿੰਘ ਮਾਨ ਚਰਨਜੀਤ ਸ਼ਰਮਾ ਤੇ ਥਾਣਾ ਸਿਟੀ ਕੋਟਕਪੂਰੇ ਦੇ ਸਾਬਕਾ ਐਸਐਚਓ ਗਰਦੀਪ ਸਿੰਘ ਪੰਦੇਰ ਖਿਲਾਫ ਮੁਕੱਦਮਾ ਚਲਾਉਂਦੀ ਮਨਜ਼ੂਰੀ ਦੇ ਦਿੱਤੀ ਸੀ ਇਸ ਤੋਂ ਕੁਝ ਸਮੇਂ ਬਾਅਦ ਇਸ ਸ਼ਾਮ ਨੂੰ ਬਾਦਲ ਦਾ ਦਿਹਾਂਤ ਹੋ ਗਿਆ ਪੰਜਾਬ ਵਿਦਾਂਤ ਸਭਾ ਨੂੰ ਪੀ ਪਲਸ ਕਰਨ ਦੇ ਪ੍ਰੋਜੈਕਟ ਤਹਿਤ ਵਿਧਾਇਕਾਂ ਨੂੰ ਮਿਲਣਗੇ ਐਪਲ ਆਈਪੈਡ ਪੰਜਾਬ ਵਿਦਾਂਤ ਸਭਾ ਆਉਣ ਵਾਲੇ ਵਿਧਾਨ ਸਭਾ ਸੈਸ਼ਨ ਤੋਂ ਪਹਿਲਾਂ ਪੇਪਰਲੈਸ ਕਾਰਵਾਈ ਲਈ ਪੂਰੀ ਤਰ੍ਹਾਂ ਤਿਆਰ ਹੈ ਉਹ ਜਾਵੇਗੀ ਪੰਜਾਬ ਦੇ ਵਿਧਾਇਕਾਂ ਨੂੰ ਨਾ ਸਿਰਫ ਵਿਧਾਨ ਸਭਾ ਸਦਨ ਦੇ ਅੰਦਰ ਉਹਨਾਂ ਦੀਆਂ ਸੀਟਾਂ ਤੇ ਆਈਪੈਡ ਪਰ ਉਹ 12.9 ਇੰਚ ਫੈਕਸ ਕੀਤੇ ਹੋਏ ਮੰਨ ਲੈਂਗੇ ਸਭ ਨੂੰ ਇੱਕ ਆਈਪੈਡ ਵਾਧੂ ਵੀ ਉਪਲਬਧ ਕਰਵਾਇਆ ਜਾਵੇਗਾ ਪੰਜਾਬ ਦਾ ਸਬੰਸ ਕਤਰੇ ਤੇ ਪੰਜਾਬ ਸਰਕਾਰ ਦੇ ਸਬੰਧਤ ਵਿਭਾਗਾ ਵੱਲੋਂ ਇਸ ਕਾਰਜ ਨੂੰ ਅਗਲੇ ਸੈਸ਼ਨ ਤੋਂ ਪਹਿਲਾਂ ਪੂਰਾ ਕਰਨ ਲਈ ਜੰਗੀ ਪੱਧਰ ਤੇ ਯਤਨ ਕੀਤੇ ਜਾ ਰਹੇ ਨੇ प्रकाश सिंह बादल ਦੇ 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 ਦਰਚਣ ਲਈ ਐਸਜੀਪੀਸੀ ਪ੍ਰਧਾਨ ਦੀ ਪ੍ਰਕਾਸ਼ ਸਿੰਘ ਬਾਦਲ ਦੇ 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 ਦਰਚਣ ਲਈ ਗਏ ਐਸਜੀਪੀਸੀ ਪ੍ਰਧਾਨ ਦੀ ਜੇਬ ਕੱਤੀ ਮੌਕੇ ਤੇ ਮਲਜਮ ਕੀਤਾ ਕਾਬੂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਦੇਹ ਦੇ ਦਰਸ਼ਨ ਲਈ ਕਸਬਾ ਬਹਾਦਰਗੜ ਵਿਖੇ ਭਾਰੀ ਇਕੱਠ ਹੋਇਆ ਅਸੀਂ ਇਕੱਠ ਦਾ ਫਾਇਦਾ ਚੁੱਕਦੇ ਹਾਂ ਜੇਬ ਕਤਰਾ ਅਤੇ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜੇਬ ਨਵੇਂ ਹੱਥ ਪਾ ਲਿਆ ਲੋਕਾਂ ਦੇ ਜੇਬ ਕਤਰਾ ਮੌਕੇ ਤੇ ਹੀ ਕਾਬੂ ਕਰ ਲਿਆ ਜਿਸ ਪਾਸੋਂ ਹੋਰ ਵੀ ਪੱਥ ਬ੍ਰਾਹਮਣ ਹੋਣ ਦੀ ਜਾਣਕਾਰੀ ਮਿਲੀ ਹੈ ਥਾਣਾ ਸਦਰ ਦੇ ਐਸਐਚਓ ਕੁਲਵੰਦਰ ਸਿੰਘ ਨੇ ਕਿਹਾ ਕਿ ਉਹ ਇਸ ਸੰਬੰਧੀ ਤਫ਼ਤੀਸ਼ ਕਰ ਰਹੇ ਹਨ ਗੁਰਦੁਆਰਾ ਚੋ ਕੁਰਸੀਆਂ ਤੋੜਨ ਵਾਲਾ ਅਮਰਤਪਾਲ ਗ੍ਰਿਫਤਾਰੀ ਤੋਂ ਪਹਿਲਾਂ ਖੁਦ ਤਖਤ ਪੋਛਤੇ ਬੈਠ ਕੇ ਦੇ ਰਿਹਾ ਸੀ ਪ੍ਰਵਚਨ ਐਮਪੀ ਬਿੱਟੂ ਗੁਰਦੁਆਰਾ ਚੋ ਕੁਰਸੀਆਂ ਤੋੜ ਕੇ ਆਗ ਲਗਾਉਣ ਵਾਲਾ ਅਮਰਤਪਾਲ ਗ੍ਰਿਫਤਾਰੀ ਤੋਂ ਪਹਿਲਾਂ ਆਪ ਤਖਤ ਪੋਛਤੇ ਬੈਠ ਕੇ ਪ੍ਰਵਚਨ ਦੇ ਰਿਹਾ ਸੀ ਐਮਪੀ ਰਵਨੀਤ ਬਿੱਟੂ ਨੇ ਅਮਰਤਪਾਲ ਤੇ ਸਵਾਲ ਚੁੱਕੇ ਨੇ ਉਹਨੇ ਕਿਹਾ ਕਿ ਗੁਰਦੁਆਰਾ ਸਾਹਿਬ ਜਾ ਕੇ ਮੇਰੀ ਕੁਰਸੀਆਂ ਭੰਦਾ ਜੀ ਹੰਜਦੋਂ ਫੜਿਆ ਸੀ ਰੋਡੇ ਪਿੰਡ ਤੋਂ ਆਪ ਗੁਰਦੁਆਰਾ ਸਾਹਿਬ وچੋ ਕਿੱਥੇ ਬੈਠਾ ਸੀ ਆਪ ਉਹ ਵੱਡੇ ਤਖਤ ਤੇ ਬੈਠਾ ਸੀ ਤੇ ਦੂਸਰੇ ਨੂੰ ਮਤਾਂ ਦਿੰਦਾ ਸੀ ਜਿਹੜੇ ਲੋਕ ਧ ਕੇ ਬੈਠਦੇ ਨੇ ਇਹ ਲੋਕ ਲੋਕਾਂ ਨੂੰ ਸਿਰਫ ਬੇਵਕੂਫ ਬਣਾ ਰਿਹਾ ਸੀ ਜਲੰਧਰ ਵੱਚਾ ਕੁਰਸੀਆਂ ਤੋੜੀਆਂ ਤੇ ਹੁਣ ਇਸ ਤੋਂ ਕੋਈ ਪੁੱਛੇ ਕਿ ਤੂੰ ਕਿੱਥੇ ਬੈਠ ਕੇ ਪ੍ਰਵਚਨ ਸੁਣਾ ਰਿਹਾ ਸੀ ਆਪਨੇ ਇਸਨੇ ਆਪ ਇਸਨੇ ਗੁਰਦੁਆਰਾ ਵਿੱਚ ਜਾ ਕੇ ਪਾਣੇ ਤੋੜ ਕਰਵਾਏ ਗੁਰੂ ਦੇ ਬਰਾਬਰ ਕੋਈ ਨਹੀਂ ਬੈਠ ਸਕਦਾ ਅਸਲ ਦੀਆਂ ਸਾਰੀਆਂ ਫੋਟੋਸ ਤੇ ਵੀਡੀਓ ਲੋਕ ਦੇ ਰਹੇ ਹਨ ਲੋਕ ਦੇਖ ਰਹੇ ਹਨ ਇਹ ਆਪ ਕਿੱਥੇ ਬੈਠਾ ਸੀ ਜਦੋਂ ਮੋਗੇ ਦੇ ਦੋਡੇ ਪਿੰਡ ਵਿੱਚੋਂ ਫੜਿਆ ਤਾਂ ਆਪ ਇਹ ਗੁਰਦੁਆਰਾ ਸਹਿਵਜ ਕਿੱਥੇ ਬੈਠਾ ਸੀ ਗੁਰੂ ਦੀਆਂ ਸੰਗਤਾਂ ਵੱਲੋਂ ਵੀ ਜਲੰਧਰ ਵਿੱਚ ਕੁਰਸੀਆਂ ਦੀ ਪਾਣੇ ਤੋੜ ਦਾ ਵਿਰੋਧ ਕੀਤਾ ਗਿਆ ਸੀ ਇਹ ਸਾਰਾ ਕੁਝ ਕਹਿਣਾ ਰਵਨੀਤ ਬਿੱਟੂ ਦਾ ਪ੍ਰਕਾਸ਼ ਸਿੰਘ ਬਾਦਲ ਅਸਿਸਟ ਆਪਣੇ ਪਿੱਛੇ ਕਿੰਨੀ ਦੌਲਤ ਛੱਡ ਗਏ ਪ੍ਰਕਾਸ਼ ਸਿੰਘ ਬਾਦਲ ਨਵੇਸ਼ ਚ ਸੁਖਬੀਰ ਤੋਂ ਵੀ ਅੱਗੇ ਸਨ ਜੀਹਾਂ ਦੋਸਤੋ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ 95 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਉਹ 99 ਸਾਲ ਦੀ ਉਮਰ ਤੱਕ ਸੂਬੇ ਦੇ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਨਾ ਸਿਰਫ ਇੱਕ ਸਫਲ ਮੁੱਖ ਮੰਤਰੀ ਰਹੇ ਉਹ ਸਗੋਂ ਨਿਵੇਸ਼ ਦੇ ਮਾਮਲੇ ਵਿੱਚ ਵੀ ਉਹਨਾਂ ਦੇ ਪੁੱਤਰ ਸੁਖਬੀਰ ਸਿੰਘ ਬਾਦਲ ਨਾਲੋਂ ਬਿਹਤਰ ਰਹੇ ਨੇ ਪੰਜਾਬ ਚੋਣਾ ਸਮੇਂ ਦਾਇਰ ਹਰਬਣਾ ਮੇ ਮਤਾਬਕ ਪ੍ਰਕਾਸ਼ ਸਿੰਘ ਬਾਦਲ ਨੇ ਕਰੀਬ 15.11 ਕਰੋੜ ਦੀ ਜਾਇਦਾਦ ਦਿਖਾਈ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ 20 ਫਰਵਰੀ ਨੂੰ ਦਿੱਤੇ ਹਲਫਨਾਮੇ ਵਿੱਚ ਦਿੱਤੇ ਵੇਰਵਿਆਂ ਅਨੁਸਾਰ ਪ੍ਰਕਾਸ਼ ਸਿੰਘ ਬਾਦਲ ਇੱਕ ਸਫਲ ਨਿਵੇਸ਼ਕ ਵੀ ਰਹੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬਾਰੇ ਕਿਹਾ ਜਾਂਦਾ ਹੈ ਕਿ ਰਿਟਰਨ ਦੇ ਮਾਮਲੇ 'ਚ ਉਹਨਾਂ ਨੇ ਆਪਣੇ ਪੁੱਤਰ ਸੁਖਬੀਰ ਸਿੰਘ ਬਾਦਲ ਨਾਲ ਕਿਤੇ ਬਹਿਸਤਰ ਪ੍ਰਦਰਸ਼ਨ ਕੀਤਾ ਤੇ 93 ਸਾਲਾ ਪ੍ਰਕਾਸ਼ ਸਿੰਘ ਬਾਦਲ ਦੇ ਹਲਫਨਾਮੇ ਮੁਤਾਬਕ ਉਹਨਾਂ ਕੋਲ 6 ਲੱਖ ਰੁਪਏ ਦੇ ਸੋਨੇ ਦੇ ਗਹਿਣੇ ਸਨ ਜਰਕੇ 1.4 ਕਰੋੜ ਦੀ ਰਕਮ ਬੈਂਕਾਂ ਤੇ ਹੋਰ ਨਿਵੇਸ਼ਾਂ ਵਿੱਚ ਮਾਜੂਦ ਸੀ ਹਲਫਨਾਮੇ ਅਨੁਸਾਰ ਪ੍ਰਕਾਸ਼ ਸਿੰਘ ਬਾਦਲ ਕੋਲ ਇੱਕ ਟਰੈਕਟਰ ਵੀ ਜਿਸ ਦੀ ਕੀਮਤ 3.99 ਲੱਖ ਰੁਪਏ ਦੱਸੀ ਗਈ ਹੈ ਨਵਜੋਤ ਸਿੱਧੂ ਨੇ ਹਾਈ ਕੋਰਟ ਵਿੱਚ ਦਾਇਰ ਕੀਤੀ ਪਟੀਸ਼ਨ ਲਾਸਟ ਖਬਰ ਹੈ ਜੀ ਨਵਜੋਤ ਸਿੱਧੂ ਵੱਲੋਂ ਹਾਈ ਕੋਰਟ 'ਚ ਪਟੀਸ਼ਨ ਦਾਇਰ ਕਰਨ ਦੀ ਖਬਰ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਹੈ ਕਿ ਸਿੱਧੂ ਆਪਣੀ ਸੁਰੱਖਿਆ ਵਧਾਉਣ ਲਈ ਹਾਈ ਕੋਰਟ ਪਹੁੰਚੀ ਨੇ ਪਟੀਸ਼ਨ 'ਚ ਆਪਣੀ ਜਾਨ ਨੂੰ ਖਤਰਾ ਦੱਸਦੇ ਹੋਏ ਕਿਹਾ ਹੈ ਕਿ ਉਹਨਾਂ ਦੀ ਸੁਰੱਖਿਆ ਵਾਈ ਤੋਂ ਵਧਾ ਕੇ ਜੈਡ ਕੀਤੀ ਜਾਵੇ ਜਾਣਕਾਰੀ ਮੁਤਾਬਕ ਭਲਕੇ ਹਾਈ ਕੋਰਟ 'ਚ ਸਿੱਧੂ ਦੀ ਪਟੀਸ਼ਨ ਤੇ ਸੁਣਵਾਈ ਹੋਵੇਗੀ ਤਾ ਦੋਸਤੋ ਇਹ ਸੀਗੀਆਂ ਆਪਣੀਆਂ ਅੱਜ ਸਵੇਰ ਦੀਆਂ ਤਾਜ਼ਾ ਤਰੀਨ ਵੱਡੀਆਂ ਖਬਰਾਂ ਦੋਸਤੋ ਜੇ ਸਾਰੀ ਦੌਰਾਨ ਦਿੱਤੀ ਗਈ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤਾਂ ਜਾਣਕਾਰੀ ਨੂੰ ਵਾਤਵਾਦ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਤੇ ਦੋਸਤੋ ਅਸੀਂ ਮਿਲਦੇ ਅਗਲੇ ਦਿਨ ਦੀਆਂ ਨਵੀਆਂ ਤੇ ਹੋਰ ਤਾਜ਼ਾ ਖਬਰਾਂ ਨਾਲ ਹੋਣ ਦੇ ਲਈ ਇੰਨਾ ਹੀ ਧੰਨਵਾਦ ਸਤਿ ਸ਼੍ਰੀ ਅਕਾਲ